ਇਹ ਤਸਵੀਰਾਂ ਤਰਨ ਤਾਰਨ ਵਿੱਚ ਕਸਬਾ ਚੋਲਾ ਸਾਹਿਬ ਦੇ ਮੁੱਖ ਬਾਜ਼ਾਰ ਦੀਆਂ ਨੇ। ਇੱਥੇ ਸ਼ਰੇਆਮ ਦੁਕਾਨਦਾਰ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਮੋਟਰਸਾਈਕਲ 'ਤੇ ਆਏ ਦੋ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜ਼ਖਮੀਆਂ ਦੀ ਪਛਾਣ ਗੁਰਜਿੰਦਰ ਸਿੰਘ ਅਤੇ ਸਤਨਾਮ ਸਿੰਘ ਵਜੋਂ ਹੋਈ ਹੈ। ਮੋਟਰਸਾਈਕਲ 'ਤੇ ਦੋ ਗੈਂਗਸਟਰ ਦੁਕਾਨਦਾਰ ਗੁਰਜਿੰਦਰ ਸਿੰਘ ਦੀ ਦੁਕਾਨ 'ਤੇ ਆਏ ਅਤੇ ਇੱਕ ਗੈਂਗਸਟਰ ਦੁਕਾਨ ਦੇ ਅੰਦਰ ਜਾ ਕੇ ਗੁਰਜਿੰਦਰ ਸਿੰਘ ਨਾਲ ਪੈਸੇ ਦੇ ਲੈਣ ਦੇਣ ਦੀ ਗੱਲਬਾਤ ਸ਼ੁਰੂ ਕਰਨ ਲੱਗਿਆ। ਉਸ ਦਾ ਦੂਜਾ ਸਾਥੀ ਦੁਕਾਨ ਦੇ ਬਾਹਰ ਮੋਟਰਸਾਈਕਲ 'ਤੇ ਬੈਠਾ ਰਿਹਾ। ਗੁਰਜਿੰਦਰ ਸਿੰਘ ਨੂੰ ਉਸ ਦੀਆਂ ਹਰਕਤਾਂ ਸ਼ੱਕੀ ਲੱਗੀਆਂ ਤਾਂ ਉਹ ਦੁਕਾਨ ਤੋਂ ਬਾਹਰ ਆ ਰਿਹਾ ਸੀ ਤਾਂ ਉਸਦੇ ਪਿੱਛੋਂ ਗੈਂਗਸਟਰ ਨੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਨਾਲ ਦੁਕਾਨ ਤੋਂ ਬਾਹਰ ਬਾਜ਼ਾਰ 'ਚ ਜਾ ਰਿਹਾ ਸਤਨਾਮ ਸਿੰਘ ਵੀ ਜ਼ਖਮੀ ਹੋ ਗਿਆ। ਕੁਛ ਨਹੀਂ, 3 ਵਜੇ ਦੇ ਕਰੀਬ ਇੱਥੇ ਕੋਈ ਮੁੰਡਾ ਆਇਆ ਸੀ ਅਤੇ ਉਹ ਇੱਦਾਂ ਹੀ ਸਾਨੂੰ ਹਾਵਰਾ ਦਬੜੀ ਜੀ, ਕਦੇ ਹੈੱਡਫੋਨ ਵਿਖਾ ਦਿਉ, ਕਦੇ ਘੜੀ ਵਿਖਾ ਦਿਉ, ਵਹਿੰਦਾ ਵਹਿੰਦਾ ਅਤੇ ਅੱਧਾ ਘੰਟਾ ਉਹਨੇ ਸਾਨੂੰ ਇੱਦਾਂ ਮਤਲਬ ਤੰਗ ਕਰੀ ਛੱਡਿਆ। ਅਤੇ ਜਦੋਂ ਥੋੜ੍ਹਾ ਕਾਫੀ ਟਾਈਮ ਬਾਅਦ ਮਤਲਬ ਇੱਦਾਂ ਹੀ ਕਦੇ ਕਿਸੇ ਨੂੰ ਫੋਨ ਲਾ ਲੈਂਦਾ ਸੀ, ਮੈਂ ਆ ਗਿਆ ਆ ਗਿਆ। ਅਤੇ ਜਦੋਂ ਅਸੀਂ ਕਿਹਾ ਵੀ ਭਾਅ ਜੀ ਲੈਣਾ ਵੀ ਆ, ਕਿਉਂਕਿ ਨਹੀਂ ਪੈਸੇ ਪੂਏ ਲਿਆਉਂਦੇ ਵੀ ਆ, ਕਹਿੰਦਾ ਵੀ ਮੇਰੇ ਕੋਲ 3300 ਰੁਪਈਆ ਵਾ, ਉਹਦੇ ਵਿੱਚ ਮੈਨੂੰ ਦੋਵੇਂ ਚੀਜ਼ਾਂ ਦਿਉ। ਇੰਨੇ ਚਿਰ ਨੂੰ ਜਿਹੜੇ ਮਾਲਕ ਆ ਉਹਨਾਂ ਨੇ ਕਿਹਾ ਵੀ ਦੇ ਦਿਉ 3300, ਜੋ ਮੰਗਦਾ ਦੇ ਦਿਉ ਇਹਨੂੰ। ਅਤੇ ਬਸ ਇੰਨੀ ਕੁ ਗੱਲ ਹੋਈ। ਉਸ ਤੋਂ ਬਾਅਦ ਮੈਨੂੰ ਆਉਂਦਾ ਵੀ ਮੇਰੇ ਨਾ ਦਾਦੂ ਆਉਂਦੇ ਆ ਅਤੇ ਉਹ ਦੇਣਗੇ ਵੀ ਆਣ ਕੇ ਪੈਸੇ, ਅਤੇ ਮੈਨੂੰ ਥੋੜ੍ਹੀ ਜਿਹੀ ਵੇਟ ਕਰੋ। ਉਹ ਖਲੋਤਾ ਰਿਹਾ 5-10 ਮਿੰਟ, ਫਿਰ ਖਲੋਤਾ ਰਿਹਾ। ਇੰਨੇ ਨੂੰ ਜਿਹੜਾ ਉਹ ਪ੍ਰੀਤ ਓਨਰ ਆ ਉਹ ਬਾਹਰ ਨੂੰ ਗਿਆ ਅਤੇ ਬਸ ਉਹਦੇ ਮਗਰੇ ਹੀ ਉਹਨੇ ਨੇ ਗੋਲੀਆਂ ਚਲਾ ਦਿੱਤੀਆਂ। ਇਕੱਲਾ ਸੀ ਉਹ ਇਕੱਲਾ ਹੀ ਆਇਆ। ਹਾਂਜੀ, ਕਿੰਨੇ ਜਣੇ ਗੋਲੀਆਂ ਲੱਗੀਆਂ? ਗੋਲੀਆਂ 2 ਬੰਦਿਆਂ ਦੇ ਲੱਗੀਆਂ ਵਾ, ਜਿਹੜਾ ਓਨਰ ਆ ਉਹਦੇ 3 ਲੱਗੀਆਂ ਵਾ, ਇੱਕ ਸਾਹਮਣੀ ਦੁਕਾਨ ਆਰ ਐਸ ਟੈਲੀਕਾਮ ਉਹਦੇ ਲੱਗੀ ਹੋਈ ਆ ਲੱਤ ਤੇ। ਉਹਨਾਂ ਨਾਲ ਸਤਨਾਮ ਸਿੰਘ ਓਨਰ ਦਾ ਹੈਗਾ, ਗੁਰਜਿੰਦਰ ਸਿੰਘ। ਹਾਂਜੀ, ਉਹਨਾਂ ਨੂੰ ਆਈ ਸੀ ਫਰੌਤੀ ਦੀ, ਕਹਿੰਦੇ ਵੀ 10 ਲੱਖ ਲੈਣਾ ਵਾ, 10 ਲੱਖ ਦੀ ਉਹਨਾਂ ਨੂੰ ਧਮਕੀ ਆਉਣ ਦੀ ਸੀ। ਤੇ ਉਹ ਬਾਅਦ 2-4 ਦਿਨ ਆਉਂਦੀ ਰਹੀ, ਬਾਅਦ ਚ ਉਹਨਾਂ ਨੇ ਵਟਸਐਪ ਡਿਲੀਟ ਕਰਤਾ ਆਪਣਾ। ਤੇ ਥਾਣੇ ਵੀ ਪਤਾ ਨਹੀਂ, ਇਹਨਾਂ ਦੀ ਪਤਾ ਨਹੀਂ, ਇਹਨਾਂ ਕਹਿੰਦਾ ਸੀ ਵੀ ਮੈਂ ਸੱਤਾ ਬੋਲਦਾ ਤੇ ਮੇਰੇ ਇਹ ਜਾਦੇ ਨਾਲ ਮੇਰੀ ਗੱਲ ਹੋ ਗਈ ਆ, ਤਾਂ ਅਸੀਂ ਦੋਵੇਂ ਤੈਨੂੰ ਫੋਨ ਲਾਵਾਂਗੇ। ਬਾਕੀ ਪਤਾ ਨਹੀਂ, ਬਾਕੀ ਅੱਧੀ ਗੱਲ ਤੇ ਭਾਈ ਦੱਸੀ ਨਹੀਂ ਸਾਨੂੰ ਕਦੀ। ਹਫ਼ਤਾ ਪਹਿਲੇ ਇਹਨਾਂ ਨੂੰ ਤਕਰੀਬ ਪਿਛਲੇ 4-5-6 ਦਿਨ ਪਹਿਲੇ ਕੋਈ ਕਾਲ ਆਈ ਸੀਗੀ, ਔਰ ਲੋਕਲ ਜਿਹੜੀ ਆਵਾਜ਼ ਸੀਗੀ ਕੋਈ ਫਰੌਤੀ ਦੀ, ਇਹਨਾਂ ਨੇ ਕੰਪਲੇਂਟ ਦਿੱਤੀ ਸੀ। ਇਹਨਾਂ ਨੂੰ ਕਿਹਾ ਗਿਆ ਸੀ ਗੰਨ ਵਗੈਰਾ, ਕਹਿੰਦੇ ਸੀ ਵੀ ਸਾਡਾ ਫਿਰ ਓਪਨ ਹੋ ਜਾਣਾ, ਅਤੇ ਨਾ ਹੀ ਇਹਨਾਂ ਨੇ ਪਰਚਾ ਦਰਜ ਕਰਾਇਆ ਸੀ, ਨਾ ਹੀ ਅਸੀਂ ਵੈਸੇ ਸਾਡਾ ਫਿਰ ਉਜਾਗਰ ਹੋ ਗਿਆ, ਅਤੇ ਇਸ ਕਰਕੇ ਅਜੇ ਰਹਿਣ ਦੇ ਥੋੜ੍ਹੇ ਦੇਰ, ਕਿਉਂਕਿ ਅਸੀਂ ਟਰਾਈ ਕਰਦੇ ਹਾਂ। ਅੱਜ ਇਹਨਾਂ ਦੇ ਦੁਕਾਨ 'ਤੇ ਕੋਈ ਕਸਟਮਰ ਬਣ ਕੇ ਆਇਆ ਸੀ ਮੁੰਡਾ, ਉਹ 1.5-2 ਘੰਟਾ ਇੱਥੇ ਇਹਨਾਂ ਨਾਲ ਸਮਾਨ ਸਮੂਹ ਦੇਖਦਾ ਰਿਹਾ, 3:30-4 ਜਦੋਂ ਜਿਹੜੇ ਓਨਰ ਹੈ ਉਹ ਦੁਕਾਨ ਤੋਂ ਬਾਹਰ ਨਿਕਲੇ ਆ ਬਾਜ਼ਾਰ ਦੇ ਵਿੱਚ, ਉਹਨੇ ਗੋਲੀਆਂ ਉਹਨਾਂ ਦੇ ਲੱਤੀਆਂ, ਲੱਤ 'ਚ ਸ਼ਾਇਦ ਇੰਜਰੀ ਹੋਈ, ਔਰ ਇੱਕ ਸਾਹਮਣੇ ਦੁਕਾਨ ਵਾਲੇ ਸੀ ਉਹਨਾਂ ਦੇ ਗਨ ਸ਼ੋਟ ਦੀ ਲੱਤ 'ਚ ਇੰਜਰੀ ਹੋਈ। ਉਸ ਤੋਂ ਬਾਅਦ ਉਹ 2 ਜਣੇ ਕਹਿੰਦੇ ਮੋਟਰਸਾਈਕਲ 'ਤੇ ਨਿਕਲ ਗਏ। ਵੈਸੇ ਕੱਲ ਇੱਥੇ ਇਕੱਲਾ ਆਇਆ ਸੀ, ਪਰ ਅੱਗੇ ਸ਼ਾਇਦ ਕਿਤੇ ਮੋਟਰਸਾਈਕਲ ਖੜ੍ਹਾ ਸੀ, ਜੇ ਬਾਕੀ ਬਾਜ਼ਾਰ ਵਾਲਿਆਂ ਤੋਂ ਪਤਾ ਲੱਗਿਆ। ਔਰ ਅਸੀਂ ਜਲਦੀ ਪਹਿਲੇ ਵੀ ਜਿਵੇਂ ਉੱਥੇ ਭਿੱਖੀ ਪਿੰਡ ਸੀਗਾ, ਡਾਕਟਰ ਸਾਹਿਬ ਨੂੰ ਆਈ ਸੀ, ਉਹ ਵੀ ਬੰਦੇ ਅੰਦਰੋਂ ਜੇਲ੍ਹ 'ਚੋਂ ਆਪਰੇਟ ਕਰ ਰਹੇ ਸੀ, ਉਹ ਫੜੇ ਸੀਗੇ ਪਿਛਲੇ ਹਫ਼ਤੇ ਹੀ, ਅਤੇ ਇਹ ਵੀ ਅਸੀਂ ਜਲਦੀ ਟਰੇਸ ਕਰ ਲਾਂਗੇ ਜੀ ਕੇਸ ਨੂੰ। ਮਤਲਬ ਇਹਨਾਂ ਨੇ ਓਪਨ ਕਰਨ ਨੂੰ ਨਹੀਂ ਕਿਹਾ ਸੀ, ਓਪਨ ਹੋ ਜਾਏਗਾ ਕੇਸ? ਹਾਂ, ਇਹਨਾਂ ਨੂੰ ਇਹ ਖਦਸ਼ਾ ਸੀ ਵੀ ਗਨਮੈਨ ਦੇ ਦਿਓਗੇ ਜੀ, ਅਸੀਂ ਓਪਨ ਹੋ ਜਾਵਾਂਗੇ, ਪੁਲਿਸ ਨੂੰ ਰਿਪੋਰਟ ਕਰਤੀ ਵੀ ਇਸ ਕਰਕੇ ਅਸੀਂ ਜਿਹੜਾ ਹਜੇ ਕੋਈ ਉਹ ਨਹੀਂ ਕਾਰਵਾਈ ਕਰਾਉਣਾ ਚਾਹੁੰਦੇ। ਬਾਜ਼ਾਰ ਬੰਦ ਕਰਨ ਨੂੰ ਕਹਿ ਰਹੇ ਸੀ? ਹਾਂਜੀ, ਬਾਜ਼ਾਰ ਬੰਦ ਕਰਨ ਨੂੰ ਵੀ ਕਹਿ ਰਹੇ ਸੀ? ਪਤਾ ਨਹੀਂ ਜੀ, ਹੁਣ ਇਹ ਤਾਂ ਚਲੋ ਇਹਨਾਂ ਨਾਲ ਗੱਲ ਕਰਦੇ ਨੇ, ਗੁਜ਼ਾਰਾ ਲੈਣਾ, ਜੋ ਕੋਈ ਇਹਨਾਂ ਤੋਂ ਹੋਏਗਾ ਅਸੀਂ ਦੇਖ ਲੈਂਦੇ ਹਾਂ।